ਸਲਾਮ ਅਲੈਕੁਮ ਨਾਜ਼ਰੀਨ ਰੋਇ ਖੇਡਨਾਲ ਮੈਂ ਮਹਮਦ ਅਨਸਾਰੀ ਪਾਕਿਸਤਾਨ ਤੇ ਨਿਊਜ਼ੀਲੈਂਡ ਵਿਚਾਲ ਸੀਰੀਜ਼ ਦਾ ਪਹਿਲਾ ਟੈਸਟ ਮੈਚ ਹਿਮਿਲਟਨ ਇਚ ਕੱਲ ਸ਼ੁਰੂ ਹੋਣਾ ਪੇ T20 ਸੀਰੀਜ਼ ਇਸੇ ਕਸ ਤੋਂ ਬਾਅਦ ਪਾਕਿਸਤਾਨੀ ਟੀਮ ਦੋਰਾ ਨਿਊਜ਼ੀਲੈਂਡ ਦੇ ਦੋ ਟੈਸਟ ਤੇ 6 ਵਨਡੇ ਮੈਚਸ ਵੀ ਖੇਡ ਸੀ ਟੈਸਟ ਟੀਮ ਦੀ ਕਾਇਆਤ ਮਿਸਬਾਹਲ ਹਕਰੇਸਨ ਜਿਹੜਾ ਜੋ ਆਫ ਸਪਿਨਰ ਸੈਦ ਅਜਮਲ ਆਪਣੇ ਵਾਲਿਦ ਦੇ ਇੰਤਕਾਲ ਦੀ ਵਜ੍ਹਾ ਤੋਂ ਵਤਨ ਵਾਪਸ ਆ ਗੇ ਮੇਜ਼ਬਾਨ ਟੀਮ ਵਿੱਚ ਵੀ ਕਪਤਾਨ ਡੈਨੀਅਲ ਵਟੋਰੀ ਤੇ ਬ੍ਰੈਡਨ ਮੈਕੋਲਮ ਦੀ ਵਾਪਸੀ ਥੀ ਚੁਕੀ ਹੈ ਦੋਵੇਂ ਜਨ ਜੋ ਫਾਸਟ ਬੋਲਰ ਐਂਡੀ ਮਕਦੀ ਜਾਤੇ ਡੈਰਲ ਟੋਫੀ ਕੋ ਸ਼ਾਮਿਲ ਕਰ ਗਿਦਾਗੇ ਪਾਕਿਸਤਾਨ ਤੇ ਨਿਊਜ਼ੀਲੈਂਡ ਵਿਚਾਲ ਹੁਣ ਤਾਈ 48 ਟੈਸਟ ਮੈਚ ਖੇਡਗੇ 22 ਮੈਚਾਂ ਚ ਪਾਕਿਸਤਾਨ ਜਨ ਜੋ 7 ਟੈਸਟ ਮੈਚ ਨਿਊਜ਼ੀਲੈਂਡ ਜੀ ਤਣ ਕਾਮਯਾਬ ਰਹੇ 19 ਟੈਸਟ ਮੈਚ ਡਰਾ ਥੀ ਗੇ ਮੈਚ ਪਾਕਿਸਤਾਨੀ ਵਕਤ ਦੇ ਮੁਤਾਬਕ ਰਾਤ 3 ਵਜੇ ਸ਼ੁਰੂ ਥੀ ਸੀ ਪਾਕਿਸਤਾਨੀ ਕ੍ਰਿਕਟ ਬੋਰਡ ਦੇ 1 ਡੇ ਟੀਮ ਦੇ ਕਪਤਾਨ ਸ਼ਾਹਦ ਅਫਰੀਦੀ ਕੋ ਸਾਥੀ ਖਿਡਾਰੀਆਂ ਅਤੇ ਸਿਲੈਕਸ਼ਨ ਦੇ ਮਾਮਲਿਆਂ ਤੇ ਬਿਆਨ ਦੇਉਣ ਤੇ ਰੋਕ ਦਿੱਤੇ ऑलराउंडर शायद अफरीदी मीडिया च बयान की वजह तो खासी शोहरत रखे भल पीसीबी सी बी उन्होंने तंबी की है जो वह साथी खिलाड़ियों की अपनी कारकर्दगी को मिसाली बढ़ाते दूजे खिलाड़ियां को वल तनकीद का निशाना बनावे जराए के मुताबिक टेस्ट टीम दे कप्तान मिसबाउल हक की मुसलसल परफॉर्मेंस पी -सी -बी तो चेयरमैन पीसीबी बहुत मुतासर है ई वजह तो न्यूजीलैंड खिलाफ वनडे सीरीज कितने टीम का ऐलान नहीं किया भल चेयरमैन पीसी बी को थिंक टैंक के तरफों मशवरा दिता गया जो ई वे कप्तान की तब्दीली वर्ल्ड कप कि नुकसानदेह हाली शायद आफरीदी को खबरदार किता वजे जो अपनी इनफरादी कारकरदगी को बेहतर बनावेन जी नाजरीन हम गाल करे सुन रिवायती हरीफ आसट्रेलिया इंग्लैंड का एशिया सीरीज जारी आखिरी टैस मैच ऐशिया सीरीज ਇੰਗਲੈਂਡ ਦੀ ਸ਼ਾਨਦਾਰ ਕਾਰਕਰਦਗੀ ਦਾ ਸਿਲਸਿਲਾ ਜਾਰੀ ਹੈ ਮੈਟ ਪ੍ਰੇਅਰ ਦੀ ਸੈਂਚਰੀ ਤੋਂ ਬਾਅਦ ਬਾਲਰਸ ਵੀ ਆਸਟ੍ਰੇਲੀਆ ਦੇ ਬੈਟਸਮੈਨ ਨਾਲ ਕੋਈ ਸਬਲ ਤੇ ਖੇਡਣ ਦਾ ਮੌਕਾ ਨਹੀਂ ਦੇਣੇ ਪਏ ਸਿਡਨੀ ਨੇ ਜਾਰੀ ਸੀਰੀਜ਼ ਦੇ ਆਖਰੀ ਮੈਚ ਵਿੱਚ ਇੰਗਲੈਂਡ ਚੌਥੇ ਨੀ 7 ਵਿਕਟਾਂ ਦੇ ਨੁਕਸਾਨ ਤੇ 488 ਰਨਸ ਤੋਂ ਕੀਤਾ 8ਵੇਂ ਵਿਕਟ ਦੀ ਸ਼ਰਾਕਾ ਦੇ ਟਿਮ ਬਰਿੰਸਨਨ ਤੇ ਮੈਟ ਪ੍ਰੇਅਰ 102 ਰਨਸ ਬਣਾਏ ਬਰਿੰਸਨਨ 35 ਰਨਸ ਬਣਾ ਤੇ ਆਊਟ ਥੇ ਜਨਾਂ ਜੋ ਪ੍ਰੇਅਰ ਸ਼ਾਨਦਾਰ ਬੈਟਿੰਗ ਕਰਦੇ ਹੋਏ ਆਪਣੇ ਕੈਰੀਅਰ ਦੀ ਚੌਥੀ ਅਤੇ ਇੰਗਲਿਸ਼ ਇਨਿੰਗਸ ਦੀ ਤੀਜੀ ਸੈਂਚਰੀ ਬਣਾਉਣ ਵਿੱਚ ਕਾਮਯਾਬ ਥੇ ਉਨਾ 118 ਰੰਜ਼ ਬੜਾਏ ਗ੍ਰੈਮਸਨ ਜਾ ਰਹੇ ਹਨ ਬੈਟਿੰਗ ਕਰਦੇ ਹੋ 36 ਰੰਜ਼ ਦੀ ਨਾਕਾਬਲੇ ਸ਼ਿਕਸਤ ਇਨਿੰਗਸ ਕੇ ਲਈ ਇੰਗਲੈਂਡ ਆਪਣੀ ਪਹਿਲੀ ਇਨਿੰਗਸ 에644 ਰੰਜ਼ ਬੜਾਏ 364 ਸਕੋਰਾਂ ਦੇ ਖਸਾਰੇ ਨਾਲ ਆਸਟ੍ਰੇਲੀਆ ਆਪਣੀ ਦੂਜੀ ਇਨਿੰਗਸ ਦਾ ਆਗਾਜ਼ ਕੀਤਾ ਤੇ ਓਪਨਰ ਜਲਦੀ ਆਊਟ ਥੀ ਗਏ ਸ਼ੇਨ ਵਾਟਸਨ 78 ਮਾਈਕਲ ਕਲਾਰਕ 41 ਤੇ ਹੈਡਨ 33 ਰੰਜ਼ ਬੜਾਤੇ ਨਮਾਇਆ ਰਹੇ ਪਾਕਿਸਤਾਨੀ ਨਜ਼ਾਦ ਉਸਮਾਨ ਖਾਜਾ ਸਿਰਫ 21 ਸਕੋਰ ਬੜਾਏ ਚੌਥੇ ਦਿਨ ਖੇਡ ਖਤਮ ਥੀਵਣ ਤੇ ਆਸਟ੍ਰੇਲੀਆ 7 ਵਿਕਟਾਂ ਦੇ ਨੁਕਸਾਨ ਤੇ 213 ਰਨਸ ਬਣਾਏ ਸਮਿਥ 24 ਅਤੇ ਸਿਡਲ 17 ਰਨਸ ਨਾਲ ਕਰੀਜ਼ ਤੇ ਮੌਜੂਦ ਹਨ ਇੰਗਲੈਂਡ ਵੱਲੋਂ ਐਂਡਰਸਨ ਟ੍ਰੀਮਲੇਟ ਤੇ ਬ੍ਰਿਸਨਨ ਡੂਡੂ ਖਿਡਾਰੀਆਂ ਨੂੰ ਆਊਟ ਕੀਤਾ ਆਸਟ੍ਰੇਲੀਆ ਹਾਲੀ ਵੀ 151 ਰਨਸ ਪਿੱਛੇ ਹੋਏ ਜਦਾਂ ਜੋ ਤਰੇ ਵਿਕਟਾਂ ਮੌਜੂਦ ਹਨ ਇੰਗਲੈਂਡ ਦੀ ਆਸਟ੍ਰੇਲੀਆ ਦੀ ਸਰਜ਼ਮੀਨ ਤੇ 32 ਸਾਲ ਬਾਅਦ ਏਸ਼ੀਆ ਸੀਰੀਜ਼ ਕਾਮਯਾਬੀ ਦੇ ਰੋਸ਼ਨ ਇਮਕਾਨ ਹਨ ਜੀ ਨਾਜ਼ਰੀਨ ਹੁਣ ਗੱਲ ਕਰੇ ਸੋ ਹਾਕੀ ਦੀ ਏਸ਼ੀਅਨ ਗੇਮ ਵਿੱਚ ਸੋਨੇ ਦਾ ਤਮਗਾ ਹਾਸਲ ਕਰਨ ਵਾਲੀ ਕੌਮੀ ਹਾਕੀ ਟੀਮ ਦੇ ਕਪਤਾਨ ਜ਼ਿਸ਼ਾਨ ਅਸ਼ਰਾ ਵਾਕੇ ਜੋ ਖਿਡਾਰੀਆਂ ਨੂੰ ਨੌਕਰੀਆਂ ਫਰਾਮ ਨਹੀਂ ਕੀਤਾ ਵੇਂਦਾ ਪਿਆ ਅਤੇ ਉਹ ਵਜ਼ੀਰ ਆਜ਼ਮ ਵੱਲੋਂ ਐਲਾਨ ਕਰਦਾ ਇਨਾਮੀ ਰਕਮ ਕਿਤੇ ਵੀ ਮੁੰਤਜ਼ਰ ਹਨ ਕਰਾਚੀ ਪ੍ਰੈਸ ਕਲੱਬ ਵਿੱਚ ਗੁਫ਼ਤਗੂ ਕਰਦੇ ਹੋਏ ਜ਼ਿਸ਼ਾਨ ਅਸ਼ਰਾ ਵਾਕੇ ਜੋ ਕੌਮੀ ਹਾਕੀ ਟੀਮ ਦਾ ਤਰਬੀਅਤ ਦੇ ਕੈਂਪ ਹਾਲੈਂਡ ਵਿੱਚ ਨਹੀਂ ਬਲ ਪਾਕਿਸਤਾਨ ਵਿੱਚ ਲਾਇਆ ਵਣੇ ਫੈਡਰੇਸ਼ਨ ਡੋਮੈਸਟਿਕ ਦੇ 3 ਸਾਲ ਦੀ ਉਮਰ ਦੀ ਹੱਦ ਵੀ ਖਤਮ ਕਰੇ ਜ਼ਿਸ਼ਾਨ ਅਸ਼ਰਫ ਆਖੇ ਜੋ ਉਹਨਾਂ ਦਾ ਹਦਫ ਲੰਡਨ 올림픽 ਸੇਚ ਕਾਮਯਾਬੀ ਹੈ ਅਤੇ ਉਹ ਉਂ ਤੋਂ ਪਹਿਲੇ ਰਿਟਾਇਰ ਨਹੀਂ થਿਉਣਾ ਚਾਹੁੰਦੇ ਸੀਨੀਅਰ ਖਿਡਾਰੀ ਜਦਾਂ ਤੀ ਫਿਟ ਹਨ ਉਹਨਾਂ ਨੂੰ ਖੇਡਣ ਦਾ ਮੌਕਾ ਦਿੱਤਾ ਵਜੇ ਖਿਡਾਰੀਆਂ ਦੇ ਮਸਾਇਲ ਦੇ ਹੱਲ ਕਿਤੇ 올림픽 ਐਸੋਸੀਏਸ਼ਨ ਵੀ ਕਾਇਮ ਕੀਤੀ ਵਜੇ ਇਹ ਲੜਕੀਆਂ ਸੇ ਜੋ ਕੰਟੈਕਟ ਹੈ ਉਹਨਾਂ ਕੇ ਪਾਸ ਜੌਬਸ ਅਵੇਲੇਬਲ ਨਹੀਂ ਹੈ ਅਲੱਗੇ ਪ੍ਰਾਈਮ ਮਿੰისტਰ ਸਾਹਿਬ ਨੇ ਵੀ ਦੋ ਦਫਾ ਅਨਾਊਂਸਮੈਂਟ ਕਰ ਚੁੱਕੇ ਲੇਕਿਨ ਉਸਕੇ ਅਭੀ ਤੱਕ ਇੰਪਲੀਮੈਂਟ ਕੋਈ ਨਹੀਂ ਹੋਆ ਨੈਸ਼ਨਲ ਆਰਕੀ ਟੀਮ ਅਗਰ ਕੈਂਪੀਆ ਬਾਹਰ ਲੈ ਜਾਂਗੇ ਤਾਂ ਮੇਰਾ ਖਿਆਲ ਹੈ ਦੁਨੀਆ ਕੈਂਪੀਆ ਵੀ ਕਾਫੀ ਦੁਨੀਆ ਦੇਖਣੇ ਲਈ ਆਤੇ ਕੈਂਪੀਆ ਬਾਹਰ ਲਗਾਣਾ ਸ਼ੁਰੂ ਜਾਪਾਨ ਵਿੱਚ ਸੋਮੋ ਰੈਸਲਿੰਗ ਸੀਜ਼ਨ ਦਾ ਆਗਾਜ਼ ਠੀਕ ਹੈ ਤੇ ਟੋਕੀਓ ਦੇ ਮੈਜੀ ਸ਼ਰਾਈਨ ਵਿੱਚ ਰਿਵਾਇਤੀ ਤਕਰੀਬ ਥਈ ਸੋਮੋ ਚੈਂਪੀਅਨਸ਼ਿਪ ਜਾਪਾਨ ਦੇ ਹਕੂਕੋ ਸ਼ੈਤਾਨੀ ਕੂਵਤਾਂ ਤੋਂ ਤਹਫਜ਼ ਅਤੇ ਸੀਜ਼ਨ ਵਿੱਚ ਕਾਮਯਾਬੀ ਕੀਤੇ ਦੁਆਇਆ ਤਕਰੀਬ ਵਿੱਚ ਸ਼ਿਰਕਤ ਕੀਤੀ ਪ੍ਰੋਫੈਸ਼ਨਲ ਸੋਮੋ ਰੈਸਲਿੰਗ ਵਿੱਚ ਯੋਕੋਜ਼ੋਨਾ ਦੇ ਮਕਾਮ ਤੇ ਫਾਇਜ਼ ਵਾਹਿਦ ਰੈਸਲ ਸਰਵਾਗੀ ਦੇ ਮੰਗੋਲੀਆ ਦੇ ਹਕੂਕੋ ਆਪਣੇ ਅਕਾਇਦ ਦੇ ਮੁਤਾਬਕ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿੱਚ ਮੁxtਲਿਫ ਤਰੀਕਿਆਂ ਨਾਲ ਖੁਦਾ ਦੀ ਖੁਸ਼ਨੂਦੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ যি নাজৰিন এই হ'ল তেতিয়া ৰোহী খেডা হ'ব বাপচি চলচোন ন্যুজ স্টুডিঅ'